ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ। ਅੱਜ ਤੁਸੀਂ ਸੁਣੋਗੇ ਡਾਕਟਰ ਨਰਿੰਦਰ ਸਿੰਘ ਕਪੂਰ ਜੀ ਦੁਆਰਾ ਲਿਖੀ ਕਿਤਾਬ ਰਾਹ ਰਸਤੇ। ਜ਼ਿੰਦਗੀ ਦੇ ਸੁੰਨੇ ਰਾਹ ਰਸਤਿਆਂ 'ਤੇ ਜਿਸ ਦੀ ਉਡੀਕ ਹੁੰਦੀ ਹੈ, ਜਿਹੜਾ ਸਾਡੀ ਜਾਗਦੀ ਅੱਖ ਦਾ ਸੁਪਨਾ ਹੁੰਦਾ ਹੈ, ਜਿਸ ਨੇ ਰੌਣਕ ਦੇ ਸੁਨੇਹੇ ਦੇਣੇ ਹੁੰਦੇ ਹਨ, ਉਹੀ ਇੱਕ ਦਿਨ ਅਚਾਨਕ ਸਾਡੇ ਰਾਹਾਂ ਵਿੱਚੋਂ ਤੁਰ ਜਾਂਦਾ ਹੈ। ਇਵੇਂ ਅਨੇਕਾਂ ਰਿਸ਼ਤੇ ਆਪ ਮੁਹਾਰੇ ਜਲ ਪ੍ਰਵਾਹ ਹੋ ਜਾਂਦੇ ਹਨ ਅਤੇ ਇੱਕ ਲੰਮੀ ਯਾਦ ਪਿੱਛੇ ਰਹਿ ਜਾਂਦੀ ਹੈ। ਫਿਰ ਅਚਾਨਕ ਇੱਕ ਦਿਨ ਇਹ ਯਾਦ ਬੀਆਬਾਨ ਪੁਲ ਤੋਂ ਲੰਘਦੀ ਰੇਲ ਵਾਂਗ ਦਿਲ ਦੀਆਂ ਗਲੀਆਂ ਵਿੱਚ ਹਾਹਾਕਾਰ ਮਚਾ ਜਾਂਦੀ ਹੈ। ਅੱਧਾ ਪਲੰਘ ਅੱਧੇ ਪਲੰਘ ਲਈ ਪ੍ਰਦੇਸ਼ ਹੋ ਜਾਂਦਾ ਹੈ। ਅਜਿਹੀ ਹਾਲਤ ਵਿੱਚ ਹੀ ਪ੍ਰੇਮੀ ਸੋਚਦਾ ਹੈ, ਰਾਤ ਕਿਵੇਂ ਬੀਤੇ, ਤੇਰਾ ਸੁਪਨਾ ਤਾਂ ਅਜੇ ਆਇਆ ਨਹੀਂ, ਅੱਜ ਦੀ ਰਾਤ ਵੀ ਤੇਰੇ ਸੁਪਨੇ ਨੂੰ ਉਡੀਕਦਿਆਂ ਗੁਜ਼ਰੇਗੀ। ਇਸੇ ਹਾਲਤ ਵਿੱਚ ਹੀ ਵਿਖਾਈ ਦਿੰਦਾ ਹੈ ਕਿ ਉਸ ਦੇ ਮੱਥੇ 'ਤੇ ਜੀ ਆਇਆਂ ਨੂੰ ਤਖਤੀ ਲੱਗੀ ਹੋਈ ਹੈ, ਪਰ ਦਿਲ 'ਤੇ ਲਿਖਿਆ ਹੈ ਅੰਦਰ ਆਉਣਾ ਮਨਾ ਹੈ। ਮੁੱਢਲੇ ਸ਼ਬਦ। ਜਦੋਂ ਤੱਕ ਪੁਰਾਣੇ ਰਾਹ ਤਿਆਗੇ ਨਾ ਜਾਣ, ਨਵੇਂ ਰਸਤੇ ਸਿਰਜਣੇ ਸੰਭਵ ਨਹੀਂ ਹੁੰਦੇ। ਨਵੇਂ ਰਸਤੇ ਪਰਿਵਰਤਨ ਦੇ ਸੂਚਕ ਹੁੰਦੇ ਹਨ ਅਤੇ ਪਰਿਵਰਤਨ ਵਿੱਚ ਵਿਕਾਸ ਦੀਆਂ ਸੰਭਾਵਨਾਵਾਂ ਛੁਪੀਆਂ ਹੁੰਦੀਆਂ ਹਨ। ਮਾਨਵ ਜਾਤੀ ਦੀ ਪੁਰਾਣੀ ਆਦਤ ਹੈ ਅਤੀਤ ਨੂੰ ਵਡਿਆਉਣਾ ਅਤੇ ਵਰਤਮਾਨ ਨੂੰ ਛੁਟਿਆਉਣਾ, ਪਰ ਸਾਡੀਆਂ ਸਮੱਸਿਆਵਾਂ ਦੇ ਹੱਲ ਭਵਿੱਖ ਵਿੱਚ ਹੀ ਸੰਭਵ ਹੋਣਗੇ ਅਤੇ ਭਵਿੱਖ ਜਦੋਂ ਵੀ ਸਾਡੇ ਤੱਕ ਅਪੜੇਗਾ, ਉਹ ਵਰਤਮਾਨ ਬਣ ਕੇ ਹੀ ਅਪੜੇਗਾ। ਗਿਆਨ ਦੇ ਵਧਣ ਨਾਲ ਸਾਡੇ ਵਿਚਾਰਾਂ ਵਿੱਚ ਵਿਸ਼ਾਲਤਾ ਅਤੇ ਲਚਕ ਦੇ ਸੁਮੇਲ ਨਾਲ ਸਾਡੇ ਵਿੱਚ ਨਵੇਂ ਰਸਤੇ ਗਾਹੁਣ, ਇਨਕਲਾਬ ਸਿਰਜਣ ਅਤੇ ਨਵੀਆਂ ਕਾਢਾਂ ਕੱਢਣ ਦਾ ਉਤਸ਼ਾਹ ਜਾਗਦਾ ਹੈ। ਸੰਸਾਰ ਵਿੱਚ ਇਨਕਲਾਬ ਸਦਾ ਉਹਨਾਂ ਨੇ ਲਿਆਉਂਦੇ ਹਨ ਜਿਨ੍ਹਾਂ ਦੇ ਦਿਲਾਂ ਵਿੱਚ ਚੰਗੇਰੀ, ਆਜ਼ਾਦ ਅਤੇ ਪ੍ਰਸੰਨ ਦੁਨੀਆ ਦੇ ਸੁਪਨੇ ਸਨ। ਸਾਰੀਆਂ ਆਜ਼ਾਦੀਆਂ ਮਨ ਦੀ ਆਜ਼ਾਦੀ ਨਾਲ ਅਤੇ ਸਾਰੀਆਂ ਅਮੀਰੀਆਂ ਮਨ ਦੇ ਅਤੇ ਦਿਲ ਦੋਵਾਂ ਦੀ ਅਮੀਰੀ ਨਾਲ ਆਰੰਭ ਹੁੰਦੀਆਂ ਹਨ। ਜਦੋਂ ਤੱਕ ਸਰੀਰ ਨਾਲੋਂ ਮਨ ਤਕੜਾ ਨਹੀਂ ਹੁੰਦਾ, ਉਦੋਂ ਤੱਕ ਨੇਕੀ ਅਤੇ ਬਹਾਦਰੀ ਦਾ ਪ੍ਰਗਟਾਵਾ ਵੀ ਨਹੀਂ ਕੀਤਾ ਜਾ ਸਕਦਾ। ਇਸੇ ਕਰਕੇ ਕਿਹਾ ਜਾਂਦਾ ਹੈ ਕਿ ਕਿਸੇ ਕੌਮ ਜਾਂ ਸਮਾਜ ਦੀ ਸ਼ਕਤੀ ਉਸ ਦੀ ਬਾਹਰਲੀ ਸੁੰਦਰਤਾ ਵਿੱਚ ਨਹੀਂ, ਉਸ ਦੀ ਅੰਦਰਲੀ ਸੋਚ ਅਤੇ ਡੂੰਘਾਈ ਵਿੱਚ ਹੁੰਦੀ ਹੈ। ਸੋਚ ਦੇ ਦਰਿਆਵਾਂ ਦੇ ਕੰਢੇ ਨਹੀਂ ਹੁੰਦੇ, ਡੂੰਘਾਈ ਹੁੰਦੀ ਹੈ। ਜੇ ਮਨ ਦੇ ਬੂਹੇ ਬਾਰੀਆਂ ਖੁੱਲ੍ਹੇ ਰੱਖੇ ਜਾਣ ਤਾਂ ਨਵੇਂ ਵਿਚਾਰ ਹਵਾਵਾਂ ਬਣ ਕੇ ਆਉਂਦੇ ਰਹਿੰਦੇ ਹਨ ਅਤੇ ਨਵੀਆਂ ਸੋਚਾਂ ਨੂੰ ਅਪਣਾਉਣ ਦਾ ਅਭਿਆਸ ਨਿਰੰਤਰ ਜਾਰੀ ਰਹਿੰਦਾ ਹੈ। ਹਰ ਅਭਿਆਸ ਨਾਲ ਨਿਪੁੰਨਤਾ ਅਤੇ ਨਿਪੁੰਨਤਾ ਨਾਲ ਸਵੈ ਵਿਸ਼ਵਾਸ ਉਪਜਦਾ ਹੈ। ਨਵੇਂ ਵਿਚਾਰਾਂ ਨੂੰ ਅਪਣਾਉਣਾ ਸੰਭਵ ਤਾਂ ਨਹੀਂ ਹੁੰਦਾ, ਪਰ ਮੁਸ਼ਕਲ ਜ਼ਰੂਰ ਹੁੰਦਾ ਹੈ। ਇਸੇ ਲਈ ਬਹੁਤੇ ਲੋਕ ਇਹ ਖਤਰਾ ਮੁੱਲ ਨਹੀਂ ਲੈਂਦੇ। ਮੁਸ਼ਕਲ ਉਹ ਹੁੰਦਾ ਹੈ ਜਿਸ ਨੂੰ ਕਰਨ ਲਈ ਵਧੇਰੇ ਸਮਾਂ ਲੱਗਦਾ ਹੈ ਅਤੇ ਅਸੰਭਵ ਉਹ ਹੁੰਦਾ ਹੈ ਜਿਸ ਨੂੰ ਕਰਨ ਲਈ ਵਧੇਰੇ ਯਤਨ ਵੀ ਕਰਨਾ ਪੈਂਦਾ ਹੈ। ਮੁਸ਼ਕਲਾਂ ਅਕਸਰ ਦੋ ਪ੍ਰਕਾਰ ਦਾ ਪ੍ਰਭਾਵ ਛੱਡਦੀਆਂ ਹਨ। ਜਾਗੋ ਜਾਗੇ ਹੋਇਆਂ ਨੂੰ ਇਹ ਸ਼ਕਤੀਸ਼ਾਲੀ, ਸਿਆਣਾ ਅਤੇ ਪੀੜਾ ਬਣਾ ਦਿੰਦੀਆਂ ਹਨ ਅਤੇ ਅਵੇਸਲਿਆਂ ਨੂੰ ਇਹ ਕਮਜ਼ੋਰ ਅਤੇ ਨਿਤਾਣਾ ਕਰ ਦਿੰਦੀਆਂ ਹਨ। ਸਭ ਪ੍ਰਕਾਰ ਦੀ ਯਾਤਰਾ ਅਤੇ ਯਤਨ ਦੇ ਅਰਥ ਮੁਸ਼ਕਲਾਂ ਦਾ ਸਾਹਮਣਾ ਕਰਨ ਤੋਂ ਹੀ ਹਨ। ਜੀਵਨ ਦੀ ਤੀਰਥ ਯਾਤਰਾ ਜਿੰਨੀ ਵਧੇਰੇ ਕਠਿਨ ਹੁੰਦੀ ਹੈ, ਉਨੀ ਹੀ ਉਸਦੀ ਖਿੱਚ ਵਧੇਰੇ ਅਤੇ ਤਸੱਲੀ ਉੱਚੀ ਹੁੰਦੀ ਹੈ। ਜਿਹੜੇ ਚੜ੍ਹਨ ਤੋਂ ਪਹਿਲਾਂ ਹੀ ਪੌੜੀਆਂ ਗਿਣਨ ਲੱਗ ਪੈਣ ਅਤੇ ਜਿਹੜੇ ਚੱਲਣ ਤੋਂ ਪਹਿਲਾਂ ਹੀ ਫਾਸਲੇ ਮਾਪਣ ਲੱਗ ਪੈਣ, ਉਹ ਨਾ ਚੱਲਦੇ ਹਨ ਨਾ ਹੀ ਪਹੁੰਚਦੇ ਹਨ, ਸਗੋਂ ਨਿਰੰਤਰ ਤਿਲਕਦੇ ਅਤੇ ਹਾਰਦੇ ਰਹਿੰਦੇ ਹਨ। ਜੇ ਹਾਰ ਦਾ ਡਰ ਨਾ ਹੋਵੇ ਤਾਂ ਸਫਲਤਾ ਵਿੱਚੋਂ ਪ੍ਰਸੰਨਤਾ ਨਹੀਂ ਮਿਲਦੀ। ਜੇ ਵਿਛੋੜੇ ਦੀ ਚਿੰਤਾ ਨਾ ਹੋਵੇ ਤਾਂ ਮਿਲਾਪ ਵਿੱਚੋਂ ਆਨੰਦ ਨਹੀਂ ਉਪਜਦਾ। ਜਿਹੜੇ ਲੋਕ ਦੂਜਿਆਂ ਲਈ ਜਿਉਂਦੇ ਹਨ ਅਤੇ ਦੂਜਿਆਂ ਦੇ ਜੀਵਨ ਵਿੱਚ ਪਰਿਵਰਤਨ ਲਿਆਉਣ ਲਈ ਜਿਉਂਦੇ ਹਨ,
ਉਹਨਾਂ ਦਾ ਜੀਵਨ ਭਰਪੂਰ ਹੁੰਦਾ ਹੈ। ਇਹ ਲੋਕ ਕਰਮ ਨੂੰ ਵਿਚਾਰ, ਵਿਚਾਰ ਨੂੰ ਕਲਪਨਾ ਅਤੇ ਕਲਪਨਾ ਨੂੰ ਅਨੁਭਵ ਵਿੱਚ ਪਰਤਾਉਣ, ਸ਼ਬਦ ਨੂੰ ਅਰਥ, ਅਰਥ ਨੂੰ ਰਸ ਅਤੇ ਰਸ ਨੂੰ ਸੋਹਜ ਤੱਕ ਪਹੁੰਚਾਉਣ, ਨੀਵੇਂ ਨੂੰ ਉੱਚੇ ਨਾਲ, ਅਤੀਤ ਨੂੰ ਵਰਤਮਾਨ ਨਾਲ ਅਤੇ ਵਰਤਮਾਨ ਨੂੰ ਭਵਿੱਖ ਨਾਲ ਮਿਲਾਉਣ ਦਾ ਕਲਿਆਣਕਾਰੀ ਕਾਰਜ ਕਰਦੇ ਹਨ। ਜੇ ਬੂਹਿਆਂ 'ਤੇ ਦਸਤਕ ਹੁੰਦੀ ਰਹੇ ਘਰ ਵੱਸਦੇ ਰਹਿੰਦੇ ਹਨ, ਜੇ ਪੈਰ ਚੱਲਦੇ ਰਹਿਣ ਰਸਤੇ ਬਣਦੇ ਜਾਂਦੇ ਹਨ। ਇਸ ਸੰਗ੍ਰਹਿ ਵਿਚਲੇ ਲੇਖ ਨਿਮਰਤਾ ਸਹਿਤ ਰੁਕਿਆਂ ਹੋਇਆਂ ਨੂੰ ਚੱਲਣ ਦਾ ਸੁਨੇਹਾ ਹਨ ਅਤੇ ਜਾਗਦਿਆਂ ਨੂੰ ਅੱਖਾਂ ਖੋਲ੍ਹ ਕੇ ਸੁਪਨੇ ਵੇਖਣ ਦੀ ਦਾਵਤ ਹਨ। ਇਸ ਪੁਸਤਕ ਦਾ ਉਦੇਸ਼ ਤੁਹਾਨੂੰ ਤੁਹਾਡੀਆਂ ਸ਼ਕਤੀਆਂ ਤੋਂ ਜਾਣੂ ਕਰਵਾਉਣਾ ਹੈ, ਤਾਂ ਜੋ ਤੁਸੀਂ ਆਪਣੀਆਂ ਸੰਭਾਵਨਾਵਾਂ ਨੂੰ ਪਛਾਣ ਸਕੋ। ਨਰਿੰਦਰ ਸਿੰਘ ਕਪੂਰ, ਸਾਬਕਾ ਪ੍ਰੋਫੈਸਰ, ਜਰਨਲਿਜ਼ਮ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ। ਅਗਰ ਤੁਸੀਂ ਇਸ ਕਿਤਾਬ ਨੂੰ ਔਨਲਾਈਨ ਆਰਡਰ ਕਰਨਾ ਚਾਹੁੰਦੇ ਹੋ, ਇਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦੇ ਦਿੱਤਾ ਗਿਆ ਹੈ। ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ। ਤੁਹਾਡਾ ਦਿਨ ਸ਼ੁਭ ਰਹੇ।